ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਤੇ ਦੋਸਤ ਅਮਰਦੀਪ ਸਿੰਘ ਪੁਰੀਆ ਅੱਜ ਫਿਰ ਇੱਕ ਟੈਕਨੀਕਲ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ। ਅਤੇ ਅੱਜ ਅਸੀਂ ਫਿਰ ਭੋਗਪੁਰ ਪਹੁੰਚੇ ਹਾਂ ਯੂਕੇ ਮੋਬਾਈਲ ਵਾਲਿਆਂ ਦੇ ਨਾਲ। ਇਹਨਾਂ ਦੇ ਕੋਲ ਹੋਰ ਇੱਕ ਪ੍ਰੋਡਕਟ ਵੀ ਆ, ਉਹ ਵੀ ਆਪਾਂ ਦੱਸਾਂਗੇ ਕੀ ਆ। ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਮੇਰੇ ਨਾਲ ਨੇ ਮਨਿੰਦਰ ਸਿੰਘ, ਅਤੇ ਇਹ ਤੁਹਾਨੂੰ ਸਾਰੀ ਉਹ ਜੋ ਮਸ਼ੀਨਾਂ ਉਹਨਾਂ ਬਾਰੇ ਜਾਣਕਾਰੀ ਦੇਣਗੇ। ਇਹ ਜਿਵੇਂ ਮੋਬਾਈਲ ਦੇ ਪਿੱਛੇ ਬੈਕ ਕਵਰ ਦੇ ਉੱਤੇ ਆਪਣਾ ਨਾਮ ਲਿਖਾਉਣਾ ਜਾਂ ਕੋਈ ਆਪਣੀ ਫੋਟੋ ਲਗਾਉਣੀ, ਕੱਪ ਦੇ ਉੱਤੇ ਆਪਣੀ ਫੋਟੋ ਲਗਾਉਣੀ, ਟੀ ਸ਼ਰਟ ਦੇ ਉੱਤੇ ਕੁਛ ਵੀ ਲਿਖਾਉਣਾ, ਅਤੇ ਮੋਬਾਈਲ ਦੇ ਬੈਕ ਗਾਰਡ ਜਿਹੜਾ ਲੱਗਾ ਹੁੰਦਾ ਉਹਦੇ ਉੱਤੇ ਵੀ ਕੁਛ ਵੀ ਲਿਖਾਇਆ ਜਾ ਸਕਦਾ। ਉਹਦੇ ਬਾਰੇ ਜਾਣਕਾਰੀ ਦੇਵਾਂਗੇ, ਕਿਵੇਂ ਮਸ਼ੀਨਾਂ ਚੱਲਦੀਆਂ, ਉਹ ਚੱਲਦੀਆਂ ਵੀ ਤੁਹਾਨੂੰ ਦਿਖਾਵਾਂਗੇ ਮਸ਼ੀਨਾਂ, ਅਤੇ ਕਿਵੇਂ ਉਹ ਕੰਮ ਹੁੰਦਾ ਸਾਰੀ ਜਾਣਕਾਰੀ ਨਾਲ ਮਨਿੰਦਰ ਸਿੰਘ ਜੀ ਦੇਣਗੇ। ਆਓ ਸ਼ੁਰੂ ਕਰਦੇ ਹਾਂ। ਪਹਿਲਾਂ ਤੁਸੀਂ ਇਸ ਮਸ਼ੀਨ ਬਾਰੇ ਜਾਣਕਾਰੀ ਦਿਓ ਕਿ ਇਹ ਮਸ਼ੀਨ ਕੀ ਕਿਵੇਂ ਕੰਮ ਕਰਦੀ ਹੈ, ਅਤੇ ਇਹਦਾ ਕੋਈ ਨਮੂਨਾ ਕੀ, ਇਹਦਾ ਕੋਈ ਤਿਆਰ ਕੀਤੀ ਚੀਜ਼? ਇਹ ਜਿਹੜੀ ਮਸ਼ੀਨ ਹੈ ਜੀ, ਇਹ 3D ਕਵਰ ਨੂੰ ਤਿਆਰ ਕਰਦੇ ਆ। ਤੁਸੀਂ ਇਹਦੇ ਤੋਂ ਕਿਸੇ ਵੀ 3D ਕਵਰ ਨੂੰ ਤਿਆਰ ਕਰ ਸਕਦੇ ਹੋ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੈਕਿਊਮ ਵਗੈਰਾ ਲੱਗਾ ਹੋਇਆ ਹੈ। ਤੁਸੀਂ ਕਵਰ ਨੂੰ 220 ਡਿਗਰੀ ਤੱਕ ਜਾਂਦੀ ਹੈ, ਉਸ ਤੋਂ ਬਾਅਦ ਮਤਲਬ ਜਿਹੜੀ ਵੀ ਇੰਕ ਹੈ ਤੁਹਾਡੇ ਮਤਲਬ ਕਵਰ ਤੇ ਟ੍ਰਾਂਸਫਰ ਹੁੰਦੀ ਆ। ਜਿੱਦਾਂ ਕਿ ਦੇਖ ਸਕਦੇ ਹੋ ਮੇਰਾ ਕਵਰ ਤਿਆਰ ਕੀਤਾ ਹੋਇਆ ਮੇਰੀ ਦੁਕਾਨ ਦਾ ਆਪਣਾ, ਇਹ ਤੁਸੀਂ ਦੇਖ ਸਕਦੇ ਹੋ। ਬਟ ਕੁਛ ਲੋਕ ਸੋਚਦੇ ਹਨ ਕਿ ਮਤਲਬ ਕਵਰ ਨਾਲ ਇਹ ਵਾਲੇ ਹਾਰਡ ਕਵਰ ਪਾਉਣ ਨਾਲ ਫੋਨ ਤੇ ਸਕ੍ਰੈਚਸ ਵਗੈਰਾ ਜਾਂ ਕੁਛ ਵੀ ਪੈਂਦੇ, ਬਟ ਆਪਾਂ ਇਸ ਚੀਜ਼ ਦਾ ਵੀ ਧਿਆਨ ਰੱਖਦੇ ਹਾਂ। ਇਹਨਾਂ ਉੱਤੇ ਵੀ ਅਸੀਂ ਬਹੁਤ ਅੱਛਾ ਮਟੀਰੀਅਲ ਯੂਜ਼ ਕਰਦੇ ਹਾਂ, ਜਿਹਦੇ ਨਾਲ ਕਿ ਹਾਰਡਨੈਸ ਦੇ ਵਿੱਚ ਕੋਈ ਵੀ ਅੰਦਰੋਂ ਫਰਕ ਨਹੀਂ ਆਉਂਦਾ। ਇਹਦੇ ਵਿੱਚ ਕੋਟਿੰਗ ਕੀਤੀ ਹੁੰਦੀ ਹੈ ਅੰਦਰਲੀ ਸਾਈਡ ਤੇ ਕਵਰ ਤੇ, ਜਿਹੜੀ ਕਿ ਤੁਹਾਡੇ ਫੋਨ ਨੂੰ ਕੋਈ ਵੀ ਡੈਮੇਜ ਨਹੀਂ ਦਿੰਦੀ, ਕਿਉਂਕਿ ਮੈਂ ਖੁਦ ਦੇ ਕਵਰ ਨੂੰ ਯੂਜ਼ ਕਰ ਰਿਹਾ ਕਾਫੀ ਟਾਈਮ ਤੋਂ, ਅੱਜ ਤੱਕ ਕਦੀ ਕੋਈ ਫੋਨ ਤੇ ਮੇਰੇ ਤੇ ਸਕ੍ਰੈਚ ਨਹੀਂ ਆਇਆ। ਇਹ ਕਰਨ ਨੂੰ ਡਿਪੈਂਡ ਕਰਦਾ ਜੀ, ਮਤਲਬ ਤੁਸੀਂ ਫੋਟੋ ਨੂੰ ਕਿਸ ਤਰ੍ਹਾਂ ਦਾ ਇਨਹੈਂਸ ਕਰ ਰਹੇ ਹੋ, ਮਤਲਬ ਫੋਨ ਕਿੰਨੇ ਮਤਲਬ ਕਿਸ ਤਰ੍ਹਾਂ ਦਾ ਹੈ, ਉਹਨੂੰ ਕਵਰ ਨੂੰ ਕਿੱਦਾਂ ਉਹਦੀ ਸਾਈਡ ਸਾਰੀ ਕਵਰ ਕਰਕੇ ਪ੍ਰੋਪਰ ਨੂੰ ਉਹਦੇ ਕਾਰਨਰਸ ਨੂੰ ਦੇਖਣਾ ਪੈਂਦਾ, ਮਤਲਬ ਡਿਜ਼ਾਇਨਿੰਗ ਕਿ ਤੁਸੀਂ ਫੋਟੋ ਕਿਹੜੀ ਲਗਵਾ ਰਹੇ ਹੋ, ਵਾਲਪੇਪਰ ਹੈ, ਫੋਟੋ ਹੈ, ਪਿਕਸਲ ਕਿੱਦਾਂ ਦੇ ਆ, ਤਾਂ ਉਹਨੂੰ ਜਿੰਨਾ ਡਿਜ਼ਾਇਨਿੰਗ ਨੂੰ ਹੀ ਟਾਈਮ ਲੱਗਦਾ। ਇਹਦੇ ਵਿੱਚ ਤਾਂ ਸਿਰਫ ਹਾਰਡਲੀ 7 ਮਿੰਟ ਲੈਂਦੀ ਹੈ, 7 ਮਿੰਟ ਦੇ ਵਿੱਚ ਕਵਰ ਤਿਆਰ ਹੋ ਕੇ ਆ ਜਾਂਦਾ, ਸੇਮ ਡੇ ਵੀ ਮਿਲ ਜਾਂਦਾ ਜੀ, ਸੇਮ ਡੇ 1-2 ਘੰਟੇ ਦੇ ਵਿੱਚ ਉਹਨੂੰ ਕਵਰ ਤਿਆਰ ਹੋ ਕੇ ਮਿਲ ਜਾਂਦਾ ਹੈ। ਖਰਚਾ ਕੀ ਇਹਦੇ ਲਈ? ਇਹਦੇ ਤੇ ਖਰਚਾ ਆਉਂਦਾ ਨੀਅਰ ਅਬਾਊਟ ਵੀ ਕਵਰ ਦਾ 200 ਰੁਪਿਆ, ਕਸਟਮਰ ਨੂੰ ਜੋ ਆਪਾਂ ਚਾਰਜ ਕਰਦੇ ਹਾਂ 200 ਰੁਪਿਆ। ਮਾਰਕੀਟ ਦੇ ਵਿੱਚ ਇਹਦੇ ਤੋਂ ਨੀਅਰ ਅਬਾਊਟ ਵੀ 600-700 ਲਿਆ ਜਾਂਦਾ, ਬਟ ਆਪਾਂ ਕਸਟਮਰ ਨੂੰ 200 ਰੁਪਿਆ ਚਾਰਜ ਕਰਦੇ ਹਾਂ ਕਵਰ ਦਾ। ਤੇ ਆਈਫੋਨ ਦਾ ਕੋਈ ਮਾਡਲ ਹੈ ਤਾਂ ਆਈਫੋਨ ਦੇ ਮਾਡਲ ਦਾ 300 ਰੁਪਿਆ ਚਾਰਜ ਕਰਦੇ ਹਾਂ। ਜਿੱਥੇ ਤੁਸੀਂ ਵਿਜਿਟ ਕਰੇ ਜ਼ਰੂਰ ਕਰਿਓ, ਤੇ ਜਿਹੜੇ ਸ਼ਕੀਨ ਆ ਪਿੱਛੇ ਆਪਣੀ ਫੋਟੋ ਪਵਾਉਣ ਦੇ ਜਾਂ ਵੱਖਰੇ ਵੱਖਰੇ ਡਿਜ਼ਾਈਨ ਤੇ ਸ਼ਕੀਨਾਂ ਲਈ ਕੁਝ ਹੋਰ ਵੀ ਆਪਾਂ ਨਵੀਆਂ ਚੀਜ਼ਾਂ ਲੈ ਕੇ ਆਏ ਹਾਂ, ਮੈਂ ਤੁਹਾਨੂੰ ਉਹ ਵੀ ਇੱਕ ਵਾਰ ਦਿਖਾ ਦਿੰਦਾ। ਜਿਹੜੇ ਥੋੜੇ ਜਿਹੇ ਸ਼ਕੀਨ ਹੈਗੇ ਆ ਉਹ ਕੁਛ ਮਤਲਬ ਲੈਮੀਨੇਸ਼ਨਸ ਵਗੈਰਾ ਵੀ ਅੱਜ ਕੱਲ੍ਹ ਜੋ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹਨ ਉਹ ਵੀ ਕਰਵਾ ਸਕਦੇ ਹਨ, ਸਾਡੇ ਕੋਲ ਵਾਈਡ ਰੇਂਜ ਆਫ ਲੈਮੀਨੇਸ਼ਨ ਦੀ ਹੈ। ਬਟ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਕਸਟਮਰ ਹਮੇਸ਼ਾ ਡਰਦਾ ਹੈ ਕਿ ਮੇਰੇ ਫੋਨ ਤੇ ਕਿਤੇ ਸਕ੍ਰੈਚ ਨਾਲ ਪੈ ਜਾਣ, ਮਤਲਬ ਜਿੱਦਾਂ ਕਿ ਲੋਕ ਆ ਪ੍ਰੋ ਮੈਕਸ ਲੈਂਦੇ ਆ ਜਾਂ ਵੱਡਾ ਮਾਡਲ ਕਿਸੇ ਦਾ ਲੈਂਦੇ ਆ ਕਿ ਮਤਲਬ ਬਲੇਡ ਨਾਲ ਲੈਮੀਨੇਸ਼ਨ ਕਰਦੇ ਆ, ਕਿਤੇ ਸਕ੍ਰੈਚ ਨਾ ਪੈ ਜਾਣ, ਹੁਣ ਸਾਡੇ ਕੋਲ ਸਾਰੀਆਂ ਲੈਮੀਨੇਸ਼ਨ ਅਵੇਲੇਬਲ ਹੁੰਦੀਆਂ ਹਨ। ਇਹ ਸਾਰੇ ਡਿਜ਼ਾਈਨ ਨਾਲ ਕਸਟਮਰ ਪਸੰਦ ਕਰ ਸਕਦਾ ਹੈ, ਕੋਈ ਵੀ ਡਿਜ਼ਾਈਨ ਨੂੰ, ਹਰ ਤਰ੍ਹਾਂ ਦਾ ਡਿਜ਼ਾਈਨ ਸਾਡੇ ਕੋਲ ਅਵੇਲੇਬਲ। ਅੱਜ ਕੱਲ੍ਹ ਗੁੱਚੀ ਦਾ ਬਹੁਤ ਚੱਲ ਰਿਹਾ ਹੈ, ਟ੍ਰੈਂਡਿੰਗ ਦੇ ਵਿੱਚ ਹੈਗਾ ਹੈ, ਸੁਪਰੀਮ ਚੱਲ ਰਿਹਾ, ਹੋਰ ਬਹੁਤ ਸਾਰੀਆਂ ਰੇਂਜ ਹੈਗੀਆਂ ਜਿਹੜੀਆਂ ਸਾਡੇ ਕੋਲ ਅਵੇਲੇਬਲ ਹਨ। ਬਟ ਆਪਾਂ ਇਹਨੂੰ ਵੀ ਲੈਮੀਨੇਸ਼ਨ ਵੀ ਜਿਹੜੀ ਹੈ ਲੇਜ਼ਰ ਤੇ ਕਟਿੰਗ ਕੀਤੀ ਜਾਂਦੀ ਹੈ, ਕਸਟਮਰ ਦੇ ਫੋਨ ਨੂੰ ਬਿਲਕੁਲ ਵੀ ਬਲੇਡ ਨਹੀਂ ਟੱਚ ਕੀਤਾ ਜਾਂਦਾ, ਮਾਡਲ ਵਾਈਜ਼ ਲੇਜ਼ਰ ਕਟਿੰਗ ਕਰਕੇ ਦੇ ਦਿੰਦੀ ਹੈ, ਸਿਰਫ ਆਪਾਂ ਉਹਨੂੰ ਪੇਸਟ ਕਰਦੇ ਹਾਂ। ਅਤੇ ਹਰ ਪ੍ਰਕਾਰ ਦਾ ਗਾਰਡ ਜਿਹੜਾ ਮਾਰਕੀਟ 'ਚ ਕਿਤੇ ਨਹੀਂ ਅਵੇਲੇਬਲ ਹੋਏਗਾ, ਅਸੀਂ ਮੌਕੇ 'ਤੇ ਵੀ ਉਹਨੂੰ ਰੈਡੀ ਕਰਕੇ ਕਸਟਮਰ ਨੂੰ ਲਗਾ ਕੇ ਦੇ ਸਕਦੇ ਹਾਂ, ਸਾਡੇ ਕੋਲ ਇਸ ਤਰ੍ਹਾਂ ਦੀਆਂ ਮਸ਼ੀਨਾਂ ਇੱਥੇ ਅਵੇਲੇਬਲ ਹਨ। ਇਸ ਮਸ਼ੀਨ ਵਿੱਚ ਮੇਨਲੀ ਕਵਰ ਹੀ ਤਿਆਰ ਕੀਤੇ ਜਾਂਦੇ ਹਨ ਇਸ ਤਰ੍ਹਾਂ ਦੇ, ਉਸ ਤੋਂ ਬਾਅਦ ਇਹਦੇ ਵਿੱਚ ਕੱਪ ਵੀ ਤਿਆਰ ਕੀਤੇ ਜਾਂਦੇ ਹਨ, ਬਟ ਕੱਪ ਤਿਆਰ ਕਰਨ ਲਈ ਆਪਾਂ ਦੂਸਰੀ ਮਸ਼ੀਨ ਦੀ ਮਤਲਬ ਯੂਜ਼ ਕਰਦੇ ਹਾਂ। ਇਹ ਵਾਲੀ ਇਹ ਮਸ਼ੀਨ ਜਿਹੜੀ ਹੈਗੀ ਹੈ ਕੱਪ ਤਿਆਰ ਕਰਨ ਲਈ ਯੂਜ਼ ਕੀਤੀ ਜਾਂਦੀ ਹੈ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਹ ਕੱਪ ਸਾਡੀ ਦੁਕਾਨ ਤੇ ਤਿਆਰ ਹੋਇਆ। ਇਹਨੂੰ ਜਿੰਨੀ ਵਾਰੀ ਤੁਸੀਂ ਮਰਜ਼ੀ ਵਾਸ਼ ਕਰ ਸਕਦੇ ਹੋ, ਬੇਝਿਜਕ ਕੁਛ ਵੀ ਇਹਦਾ ਮਤਲਬ ਨਾ ਰੰਗ ਉਤਰੇਗਾ, ਕੁਛ ਨਹੀਂ ਹੋਏਗਾ। ਇਵਨ ਕਿ ਜਿੱਦਾਂ ਕਿ ਲੋਕ ਕਈ ਵਾਰੀ ਕੰਪਲੇਂਟ ਕਰਦੇ ਹਨ ਕਿਤੋਂ ਕਿਤੋਂ ਕੱਪ ਥੋੜ੍ਹਾ ਬਹੁਤਾ ਭੁਰਨ ਲੱਗ ਪੈਂਦਾ, ਟੁੱਟਣ ਲੱਗ ਪੈਂਦਾ ਹੈ, ਬਟ ਮੈਨੂੰ ਖੁਦ ਨੂੰ ਇੱਥੇ 2 ਸਾਲ ਹੋ ਗਏ ਆਪਣੀ ਦੁਕਾਨ ਤੇ ਯੂਜ਼ ਕਰਦੇ ਕੱਪ ਦੀ ਕੁਆਲਿਟੀ ਨੂੰ, ਬਟ ਅੱਜ ਤੱਕ ਕਦੀ ਕੋਈ ਕੰਪਲੇਂਟ ਨਹੀਂ। ਇਵਨ ਕਿ ਅੰਦਰੋਂ ਵੀ ਜਿਹੜੇ ਯੈਲੋਨੈਸ ਜੰਮਣੀ ਸ਼ੁਰੂ ਹੋ ਜਾਂਦੀ, ਉਹ ਵੀ ਇਹਦੇ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਕੱਪ ਤੁਸੀਂ ਬਹੁਤ ਮਤਲਬ ਇਸ ਤੋਂ ਉੱਪਰ ਕੋਈ ਕੁਆਲਿਟੀ ਨਹੀਂ ਆਉਂਦੀ ਕੱਪ ਨੂੰ ਲੈ ਕੇ। ਇਹਦੇ ਤੇ ਕਸਟਮਰ ਨੂੰ ਨੀਅਰ ਅਬਾਊਟ ਵੀ 250 ਰੁਪਏ ਦਾ ਚਾਰਜ ਆਉਂਦਾ, ਫੋਟੋ ਲਗਾ ਕੇ, ਡਿਜ਼ਾਈਨਿੰਗ ਕਰਕੇ, ਸਾਰਾ ਕੁਝ ਇੰਕਲੂਡ ਕਰਕੇ, ਇਵਨ ਕਿ ਪੈਕਿੰਗ ਰੈਪਰ ਵਗੈਰਾ ਤੱਕ ਲਗਾ ਕੇ ਕਸਟਮਰ ਨੂੰ ਦੇਦਾ। ਠੀਕ ਹੈ ਜੀ, ਤੇ ਹੋਰ ਵੀ ਮਸ਼ੀਨਾਂ ਪਈਆਂ ਇਹਨਾਂ ਬਾਰੇ ਵੀ? ਜਿਹੜੀ ਆਮ ਮਸ਼ੀਨ ਆ ਇਹ ਟੀ-ਸ਼ਰਟ ਪ੍ਰਿੰਟਿੰਗ ਦੇ ਕੰਮ ਵਿੱਚ ਆਉਂਦੀ ਹੈ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ
मेरे दुकान से तैयार की हुई टी शर्ट ठीक है जी। कस्टमर किसी भी तरीके की अपनी फोटो लगवा सकता है, इतने अपना कोई नाम लिखवा सकता है, कुछ भी प्रिंट करवा सकता है। टी शर्ट तो अपनी बारो किसी के लिए नहीं, अपना जी अपना टी शर्ट अपना ही टी शर्ट प्रोवाइड करते हैं, कस्टमर की टी शर्ट नहीं करके देंगे। मतलब टी शर्ट भी साड़ी होगी बट एडी कॉस्ट नियर अबाउट भी 400 रुपये आती है, जो कि कस्टमर एक बहुत घट लगती है। रीजन ये है कि टी शर्ट भी मिल जाती है तो प्रिंटिंग भी नाम मिल जाती है उस बीच की। फोटो लगवा लो, कुछ लिखवा लो, कई बार हैप्पी किसी का बर्थडे है, कुछ भी है तुसी लिखवा सकते, कुछ भी एनीथिंग तुसी सिर्फ सानू फोटो देनी है, असी ओनू बना के तुहानू रेडी करके दे देना। इहदे विच भी सारे साइज़ेस अवेलेबल होंदे ने। किन्ना टाइम लगदा इहदे वास्ते? इहदे लई भी हार्डली अद्धा पौणा घंटा एक घंटे दे विच टी शर्ट रेडी होके मिल जाती है। ठीक है जी। ते वीडियो दे विच असी थोड़ी क्लिप भी दिखावांगे किवें इह डिजाइन तैयार हुंदे आ, इस करके वीडियो नूं पूरा जरूर देखियो। एंड दे विच वीडियो दे दिखावांगे सारा इह तुहानू कि किवें वीडियो तैयार हुंदी है, जिहड़े अपने टी शर्ट के उत्ते डिजाइन या कप उत्ते या मोबाइल पिछे किवें तैयार होंदा है, वीडियो के एंड दे विच असीं तुहानू सारा दिखावांगे, तो वह जरूर देखना तुसीं। ते होर मशीन इक जिहड़ी तुहाडी इहदे बारे? इस मशीन ते ज्यादातर काम किया जाता है, इहनूं लेजर एनग्रेविंग लई यूज किया जाता। ठीक है जी। बहुत लोग है जिहड़े कि इहदे रेट करके इहनूं नहीं खरीदते, बट चलो साडे कोल इह वी आ, असीं इहदे ते की है फोन दी कोई तुसीं फोन लैके आए हो, फोन ते भी तुसीं परमानेंटली अपना नाम लिखवाना चाहते हो डायरेक्टली फोन दे उत्ते, खुद नाम लिख के दें आईपैड कर लेंगे हो, तो इनग्रेव करवा सकते हो। सेम काम यही मशीन कर दोबारा मटिया नहीं जा सकता, तुहाडा नाम जिहड़ा है परमानेंट ही उत्थे आंदा, क्योंकि ये लेजर मशीन है एनग्रेव कर देंदी है प्रॉपर तरीके नाल। कुछ कस्टमर जिहड़े कहंदे आ कि किसी नूं गिफ्ट करना है, कुछ कंपनियां वड्डे लैवल दीआं कंपनियां जिहड़ियां आईपैड्स लैंदियां साडे कोल, उहनां दे मतलब नाम एनग्रेव करवाना हुंदा विच, तां उह इस मशीन तों कीता जांदा। डिजाइनिंग करवानी है, क्योंकि हर चीज का ध्यान रखा जाता है, ਇਹਨੂੰ ਪ੍ਰੋਫੈਸ਼ਨਲਸ ਹੀ ਯੂਜ਼ ਕਰ ਸਕਦੇ ਆ। ਰੀਜ਼ਨ ਕੀ ਆ ਉਹਦੇ ਤੇ, ਕਿੰਨੀ ਹੀਟ ਦੀ ਲੋਡ ਹੈ, ਕਿੰਨੀ ਹੈ ਕਿ ਪ੍ਰੋਡਕਟ ਡੈਮੇਜ ਨਾ ਹੋਵੇ, ਹਰ ਪ੍ਰੋਡਕਟ ਦੀ ਆਪਣੀ ਟਾਈਪ ਹੈ ਇਸ ਕਰਕੇ। ਵੀ ਮੇਰੇ ਨਾਲ ਸੀ ਮਨਿੰਦਰ ਸਿੰਘ, ਅਤੇ ਆਸ ਕਰਦਾ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਅਤੇ ਐਂਡ 'ਤੇ ਤੁਸੀਂ ਕਲਿੱਪਾਂ ਜ਼ਰੂਰ ਵੇਖਣਾ ਕਿ ਜਿਹਨਾਂ ਵਿੱਚ ਅਸੀਂ ਦੱਸਿਆ ਕਿ ਕਿਵੇਂ ਇਹ ਵੀਡੀਓ ਆਪਣੀਆਂ ਮਸ਼ੀਨਾਂ ਕੰਮ ਕਰਦੀਆਂ ਆ, ਅਤੇ ਪੰਜਾਬੀ ਵਿੱਚ ਇਹੋ ਜਿਹੀਆਂ ਵੀਡੀਓ ਤੁਹਾਨੂੰ ਮਿਲਣੀਆਂ, ਖਾਸ ਕਰਕੇ ਆਹ ਵੀਡੀਓ ਇਸ ਟੈਕਨੀਕਲ ਮੁੱਦੇ 'ਤੇ ਮੈਨੂੰ ਲੱਗਦਾ ਤੁਹਾਨੂੰ ਹਿੰਦੀ 'ਚ ਵੀ ਬਹੁਤ ਘੱਟ ਮਿਲਣੀ ਆ, ਅਤੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਹੋਰ ਵੀਡੀਓ ਵੀ ਲੈ ਕੇ ਆਉਂਦੇ ਰਹਾਂਗੇ। ਧੰਨਵਾਦ। ਜੇ ਤੁਸੀਂ ਸਾਡਾ ਯੂਟਿਊਬ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਜੋ ਸਾਡੀਆਂ ਲੇਟੈਸਟ ਵੀਡੀਓ, ਸ਼ਾਇਰੀ, ਇੰਟਰਵਿਊ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ, ਅਤੇ ਨਾਲ ਬੈੱਲ ਆਈਕੋਨ ਨੂੰ ਜ਼ਰੂਰ ਕਲਿੱਕ ਕਰੋ। ਧੰਨਵਾਦ।